ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ ਇਸੇ ਸਮੇਂ ਵੀ ਇਸ ਅਰਥਾ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ ਇਹ ਲੋਗੋ ਤੁਹਾਨੂੰ ਦਿਖਾਈ ਦੇਗਾ ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ ਉਸ ਵਿੱਚ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ ਆਪਣੇ ਮਿੱਤਰਾਂ ਦੋਸਤਾਂ ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ ਹਰ ਇੱਕ ਨੂੰ ਦੱਸਣਾ ਆਓ ਲਾਹੇ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 68 ਦੇ ਉੱਪਰ ਅੰਕਿਤ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸਾਂ ਦੇ ਦੀਦਾਰ ਕਰਾਂਗੇ ਅੱਜ ਸ੍ਰੀ ਰਾਗ ਦੀ ਇਈਮੀ ਅਸ਼ਟਪਦੀ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਛੇਮੀ ਅਸ਼ਟਪਦੀ ਤੇ ਇਹ ਅਸ਼ਟਪਦੀ 10 ਪਦਿਆਂ ਦੀ ਹੈ। ਆਓ ਕਰੀਏ ਦੀਦਾਰ। ਸ੍ਰੀ ਰਾਗ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਸਤਨਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹਦਾ ਇੱਕ ਛੋਟਾ ਜਿਹਾ ਕਨਸੈਪਟ ਸਮਝਾ ਜਿੱਥੇ ਆਨੰਦ ਦੀ ਗੱਲ ਆਈ ਹੈ ਉਥੇ ਸਹਜ ਦੀ ਗੱਲ ਆਈ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਬਝੀਆਂ ਬਾਤਾਂ ਸਹਜ ਇਹ ਗੁਣ ਬੜਾ ਕਮਾਲ ਦਾ ਇੱਕ ਹੋਰ ਪੰਕਤੀ ਧਿਆਨ ਨਾਲ ਸੁਣਨੀ ਹੈ ਕੀ ਪੜੀ ਹੈ ਕੀ ਗੁਨੀ ਹੈ ਕੀ ਵੇਦ ਪੁਰਾਣਾ ਸੁਣੀ ਹੈ ਬੜੇ ਸੁਨੇ ਕਿਆ ਹੋਈ ਜੋ ਸਹਜ ਨਾ ਮਿਲਿਓ ਸੋਈ ਸਹਜ ਕੀ ਹੈ ਅਡੋਲਤਾ ਇਥੇ ਸਤਿਗੁਰੂ ਜੀ ਇਸ ਗੁਣ ਨੂੰ ਇੱਕ ਬੜੇ ਬਖਰੇ ਜੇ ਤਰੀਕੇ ਨਾਲ ਕਹਿ ਰਹੇ ਨੇ ਉਹ ਦੀ ਰਮਨ ਜ ਨੂੰ ਸਮਝਣਾ ਉਹ ਪਹਿਲਾ ਪੰਕਤੀ ਦੇ ਦੀਦਾਰ ਕਰੀਏ ਸਹਜੈਨੋ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ ਸਾਰੀ ਦੁਨੀਆ ਸਹਜ ਨੂੰ ਲੋਚਦੀ ਹੈ ਇਹਨੂੰ ਸਮਝਿਓ ਪਹਿਲਾਂ ਜਦੋਂ ਕੋਈ ਕਹਿੰਦਾ ਨਾ ਭਾਈ ਸਾਹਿਬ ਜੀ ਪਾਠ ਕਰਨਾ ਚਾਹੁੰਦੇ ਆ ਟਾਈਮ ਨਹੀਂ ਨਿਕਲਦਾ ਜੀ ਕਰੀਏ ਕੀ ਜੀ ਹੁੰਦਾ ਨਹੀਂ ਜੀ ਬੜਾ ਮਨ ਕਰਦਾ ਜੀ ਪਰ ਉਪਕਾਰ ਕਰੀਏ ਜੀ ਪਰ ਦੁਰਿਆ ਨਹੀਂ ਜਾਂਦਾ ਜੀ ਸੁਰਪੇ ਆ ਡੋਲ ਗਏ ਆ ਰੁਕ ਗਏ ਆ ਅਟਕ ਗਏ ਆ ਉਹ ਦੱਸਣਾ ਨਹੀਂ ਆ ਰਿਹਾ ਸਾਨੂੰ ਐਕਚੁਅਲੀ ਸਾਡੇ ਕੋਲ ਅਡੋਲਤਾ ਦੀ ਘਾਟ ਹੈ ਉਹ ਜਦੋਂ ਕਹਿੰਦੇ ਨੇ ਕਰਨਾ ਚਾਹੁੰਨੇ ਆ ਹੋ ਨਹੀਂ ਰਿਹਾ ਇਹਦਾ ਮਤਲਬ ਅਡੋਲਤਾ ਨੂੰ ਲੱਭ ਰਹੇ ਨੇ ਉਹ ਡੋਲਤਾ ਲੁੱਟ ਰਹੇ ਨੇ ਨਾ ਸੋਝੀ ਹੋਣ ਕਰਕੇ ਦੱਸਣਾ ਨਹੀਂ ਆ ਰਿਹਾ ਦੂਸਰਾ ਪੱਖ ਜਿਹੜੀਆਂ ਉਲਝਣ ਤਾਣੀਆਂ ਵਿੱਚ ਫਸੇ ਹੋਏ ਆ ਨਾ ਉਹਨਾਂ ਉਲਝਣ ਤਾਣੀਆਂ ਵਿੱਚੋਂ ਖੁਸ਼ੀ ਆਨੰਦ ਲੱਭ ਰਹੇ ਆ ਸੋਝੀ ਨਾ ਹਉਣ ਕਰਕੇ ਪਤਾ ਨਹੀਂ ਐ ਖੁਸ਼ੀ ਆਨੰਦ ਤੇ ਸੱਚਾ ਆਨੰਦ ਸੱਚੀ ਖੁਸ਼ੀ ਸਹਜ ਵਿੱਚੋਂ ਮਿਲਨੀ ਆ ਢੋਲਤਾ ਵਿੱਚੋਂ ਮਿਲਨੀ ਆ ਉਹ ਲੱਭਤਾ ਢੋਲਤਾ ਨੂੰ ਰਹੇ ਨੇ ਕਰਨਾ ਨੂੰ ਸਮਝ ਨਾ ਹਉਣ ਕਰਕੇ ਦੱਸਣਾ ਨਹੀਂ ਆ ਰਿਹਾ ਬੁੱਝ ਨਹੀਂ ਆ ਰਿਹਾ ਸੋਝੀ ਨਹੀਂ ਆ ਰਹੀ ਇਸ ਲਈ ਸਤਗੁਰੂ ਜੀ ਕਹਿੰਦੇ ਸਹਜੈ ਨੂੰ ਸਭ ਲੋਚ ਦੀ ਸਾਰੀ ਦੁਨੀਆ ਅਡੋਲਤਾ ਨੂੰ ਲੋਚਦੀ ਹੈ ਭਾਵ ਹਰ ਇੱਕ ਨੂੰ ਅਡੋਲਤਾ ਦੀ ਲੋੜ ਹੈ ਉਹ ਗੁਣ ਹਰ ਇੱਕ ਦੇ ਅੰਦਰ ਪਿਆ ਹੈ bizness ਵਿੱਚ ਅਡੋਲ ਹੈ ਘਾਟੇ ਪੈਂਦੇ ਨੇ ਡੋਲਦਾ ਨਹੀਂ ਤੁਰੇ ਹੀ ਰਹਿੰਦਾ ਤੁਰੇ ਹੀ ਰਹਿੰਦਾ 10 ਸਾਲ 20 ਸਾਲ 40 ਸਾਲ ਘਟਿਆ ਕੁਝ ਨਹੀਂ ਕਰ ਜਾਂਦੀਆਂ ਪੰਡਾਂ ਵਧਾਈਆਂ ਫਿਰ ਵੀ ਤੁਰੇ ਹੀ ਜਾ ਰਿਹਾ ਤੁਰੇ ਜਾ ਰਿਹਾ ਇਸ ਪਾਸੇ ਡੋਲ ਜਾਂਦਾ ਵਰਕਾਰ ਵਾਲੇ ਪਾਸੇ ਡੋਲ ਜਾਂਦਾ ਸਤਿਗੁਰੂ ਕਹਿੰਦੇ ਚੌਂਦਾ ਹਰ ਕੋਈ ਐ ਲੋੜ ਹਰ ਇੱਕ ਨੂੰ ਐ ਸਹਜਾ ਨੂੰ ਸਭ ਲੋਚਦੀ ਹਰ ਇੱਕ ਨੂੰ ਲੋੜ ਹੈ ਬਿਨ ਗੁਰ ਪਾਇਆ ਨਾ ਜਾਏ ਇਹ ਅਡੋਲਤਾ ਦਾ ਗੁਣ ਗੁਰੂ ਦੇ ਉਪਦੇਸ਼ ਸਮਝਣੇ ਤੇ ਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾ ਇਹ ਗੁਣ ਨਹੀਂ ਮਿਲੇਗਾ ਖੁਆ ਇਸ ਲਈ ਮੈਂ ਵਾਰ-ਵਾਰ ਕਮਾਂਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਮੇਤ ਆਪ ਪੜ੍ਹਦੇ ਹਾਂ ਅੰਦਰੋਂ ਗੁਰੂ ਸਰੂਪ ਦੇ ਗੁਰ ਸਰੂਪ ਦੇ ਦੀਦਾਰ ਹੁੰਦੇ ਨੇ ਆਹਾ ਮੇਰੇ ਗੁਰਸਬ ਕੀ ਕਹਿ ਰਹੇ ਨੇ ਅੰਦਰੋਂ ਆਵਾਜ਼ ਸਤਗੁਰ ਸਰੂਪ ਦੇ ਦੀਦਾਰ ਹੁੰਦੇ ਨੇ ਉਸ ਉਪਦੇਸ਼ ਨੂੰ ਉਸ ਆਵਾਜ਼ ਨੂੰ ਜਦੋਂ ਅਸੀਂ ਭਾਵਨਾ ਨਾਲ ਦੇਖਾਂਗੇ ਨਾ ਉਹ ਰੱਬ ਦੀ ਆਵਾਜ਼ ਹੈ ਰੱਬੀ ਉਪਦੇਸ਼ ਹੈ ਉਹ ਬ੍ਰਹਮ ਦੀ ਬਾਣੀ ਹੈ ਜਿਹਨੂੰ ਕਹਿਆ ਵਾਹ ਵਾਹ ਬਾਣੀ ਨਿਰੰਕਾਰ ਹੈ ਆਕਾਰ ਤੋਂ ਰਹਿਤ ਹੈ ਉਹ ਆਵਾਜ਼ ਅੱਖਰਾਂ ਰਾਹੀਂ ਤੇ ਉਹ ਸਮਝ ਆਏਗੀ ਉਹ ਆਵਾਜ਼ ਨਿਰੰਕਾਰ ਹੈ ਤੇ ਰੱਬ ਦੀ ਆਵਾਜ਼ ਹੈ ਰੱਬ ਦੇ ਉਪਦੇਸ਼ ਹੈ ਉਹ ਉਪਦੇਸ਼ ਸੁਭਾਅ ਤੇ ਲਾਗੂ ਹੋਣੇ ਨੇ ਸੋਚ ਤੇ ਲਾਗੂ ਹੋਣੇ ਨੇ ਜਿਨ੍ਹਾਂ ਚਿਰ ਸੁਭਾਅ ਅਨਸਾਰ ਬਾਗਿਰੂ ਗੁਰੂ ਦੇ ਉਪਦੇਸ਼ ਅਨਸਾਰ ਰੱਬੀ ਉਪਦੇਸ਼ ਅਨਸਾਰ ਸੁਭਾਅ ਨਹੀਂ ਬਣਿਆ ਸੋਚ ਨਹੀਂ ਬਣੀ ਭਾਵਨਾ ਜਜ਼ਬੇ ਨਹੀਂ ਨਾ ਬਣੇ ਯਾਰਿਆ ਤੇਰਾ ਪੜਨਾ ਇੱਕ ਭਲੇਖਾ ਰਹਿ ਗਿਆ ਪੜ ਪੜ ਪੰਡਿਤ ਜੋਤ ਕੀ ਥੱਕੇ ਠੇਖੀ ਭਰਮ ਭੁਲਾਏ ਪੜਦੇ ਰਹੇ ਪੰਡਿਤ ਵਿਦਵਾਨ ਜੋਤਿਸ਼ ਵਿਦਿਆ ਵਾਲੇ ਬੜਾ ਭਲੇਖਾ ਭਲੇਖੇ ਵਿੱਚ ਜਿਉਂਦੇ ਰਹੇ ਲੋਕਾਂ ਦਾ ਫਿਊਚਰ ਦੱਸਦੇ ਰਹੇ ਇਸ ਗੱਲ ਦੀ ਸਮਝ ਨਹੀਂ ਰੱਬ ਜਦੋਂ ਬਰਤਾਰਾ ਵਰਤਾਉਂਦਾ ਪਤਾ ਨਹੀਂ ਕਿਵੇਂ ਵਰਤਾ ਦੇ ਦਿੰਦਾ ਅਖਵਾ ਗੁਰ ਭੇਟੇ ਸਹਜ ਪਾਇਆ ਆਪਣੀ ਕਿਰਪਾ ਕਰੇ ਰਜ਼ਾਏ ਤੂੰ ਯਤਨ ਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਹੈ ਜਿन्हे ਸਮਝ ਆ ਗਈ ਉਸ ਉਪਦੇਸ਼ ਨਾਲ ਪਿਆਰ ਕਰਾਖਾ ਅਨੰਦ ਦੀ ਪਾਵਨਾ ਇਹਦੇ ਵਿੱਚੋਂ ਬਖਸ਼ਿਸ਼ ਮਿਲਣੀ ਸ਼ੁਰੂ ਹੁੰਦੀ ਹੈ ਜਿਨ ਜਿਨ ਸੁਭਾਅੋ ਸੋਚ ਗੁਰੂ ਦੇ ਉਪਦੇਸ਼ ਸੰਸਾਰ ਬਣਦਾ ਜਾਏਗਾ ਰੱਬ ਨੂੰ ਚੰਗਾ ਲੱਗੇਗਾ ਬਖਸ਼ਿਸ਼ ਮਿਲੇਗੀ ਅਡੋਲਤਾ ਹੋਰ ਵੱਧਦੀ ਜਾਏਗੀ ਅਡੋਲ ਹੁੰਦਾ ਜਾਏਗਾ ਵੱਡੇ ਵੱਡੇ ਵਿਗਨ ਆਉਣਗੇ ਡੋਲੇਗਾ ਨਹੀਂ ਸਮਝ ਲਿਓ ਬਖਸ਼ਿਸ਼ ਸਭ ਬਖਸ਼ਿਸ਼ ਦੀਆਂ ਨਿਸ਼ਾਨੀਆਂ ਵੱਡੀਆਂ ਵੱਡੀਆਂ ਰੁਕਾਵਟਾਂ ਤੇ ਵੀ ਡੋਲਿਆ ਨਹੀਂ ਮਿਸ਼ਨ ਤੇ ਵਧ ਆ ਰਿਹਾ ਇਹਨੂੰ ਸਹਿਜ ਕਹਿੰਦੇ ਨੇ ਇਹਨੂੰ ਉਡੋਲਤਾ ਕਹਿੰਦੇ ਨੇ ਭਾਈ રે ਗੁਰਬਿਨ ਸਹਿਜ ਨਾ ਹੋਏ ਇਹ ਭਾਈ ਗੁਰੂ ਤੋਂ ਬਿਨਾ ਨਹੀਂ ਮਿਲਦੀ ਧਰਮੀ ਤਾਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾ 60 ਸਾਲ ਦੀ ਉਮਰ ਤੱਕ ਬਡੇਪੇ ਤੱਕ ਸਨ ਜਵਾਨੀ ਚ ਬਚਪਨ ਟੀਨੇਜ ਚ ਧਰਮੀ ਸਨ ਦਾਨੀ ਸਨ ਧਰਮ ਦੇ ਕਰਮ ਕਰਦੇ ਸੀ ਸੋਚ ਬੜੀ ਉੱਚੀ ਸੀ ਸੁਭਾਅ ਬੜਾ ਉੱਚਾ ਸੀ ਜਜ਼ਬਾ ਸੀ ਭਾਵਨਾ ਸੀ ਪਰ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸ਼ਰਨ ਪਏ ਨਾ ਜਦੋਂ ਗੁਰੂ ਅੰਗਦ ਦੇਵ ਜੀ ਦੇ ਗੁਰਸਿੱਖ ਬਣੇ ਗੁਰੂ ਦੇ ਉਪਦੇਸ਼ਾਂ ਨੇ ਫਿਰ ਓਡੋਲਤਾ ਲਿਆਂਦੀ ਫਿਰ ਪਤਾ ਕੀ ਕਹਿੰਦੇ ਆਨੰਦ ਭਇਆ ਮੇਰੀ ਮਾਏ ਮੇਰੀ ਜ਼ਿੰਦਗੀ ਚ ਐ ਮਤ ਆਨੰਦ ਆ ਗਿਆ ਸਤ ਗੁਰੂ ਮੈਂ ਪਾਇਆ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਬਚਨਾਂ ਵਿੱਚੋਂ ਗੁਰੂ ਦੀ ਆਵਾਜ਼ ਰੱਬੀ ਆਵਾਜ਼ ਗੁਰੂ ਸਾਹਿਬ ਕੀ ਕਹਿ ਰਹੇ ਨੇ ਉਸ ਨਾਲ ਪਿਆਰ ਬਣ ਗਿਆ ਉਸ ਨੂੰ ਪਾ ਲਿਆ ਮੰਨਣਾ ਸ਼ੁਰੂ ਕੀਤਾ ਇਹਦਾ ਗੁਰੂ ਦੇ ਉਪਦੇਸ਼ਾਂ ਨੂੰ ਮੰਨਣਾ ਸ਼ੁਰੂ ਕੀਤਾ ਕਹਿੰਦੇ ਸਤਗੁਰੁ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨ ਬਝੀਆਂ ਬਾਧਾਈਆਂ ਅਡੋਲਤਾ ਨਾਲ ਪਾਇਆ ਮਨ ਵਿੱਚ ਹਰ ਵੇਲੇ ਖੁਸ਼ੀ ਖੇੜਾ ਬਣ ਗਿਆ ਸ਼ਬਦ ਹੈ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ ਰਹਾਓ ਇਹ ਛਸ਼ਟ ਪਦੀ ਦਾ ਤਤਸਾਰ ਹੈ ਸੈਂਟਰਲ ਆਈਡੀਆ ਹੈ ਮਨੁੱਖ ਵਰਤਾਰੇ ਦੇਖਦਾ ਨਾ ਦੁਨੀਆ ਤੇ ਮਨ ਡੋਲ ਜਾਂਦਾ ਵਿਚਲਤ ਹੋ ਜਾਂਦਾ ਨਫ਼ਰਤ ਕਰਦਾ ਉਹਦੀ ਚਰਚਾ ਕਰਦਾ ਆ ਕਿਉਂ ਹੋ ਰਿਹਾ ਜੀ ਆ ਦੇਖੋ ਜੀ ਕੀ ਹੋ ਰਿਹਾ ਜੀ ਉਹ ਤਾਂ ਭਗਤੀ ਕਰਨ ਵਾਲਾ ਹੈ ਐਡੀ ਛੇਤੀ ਇਹਨੇ ਵਰਤਾਰਿਆਂ ਚ ਉਲਝ ਗਿਆ ਫਿਰ ਕੀ ਹੋ ਗਿਆ ਬਰਤਾਰੇ ਤਾਂ ਹੁੰਦੇ ਰਹਿਣਗੇ ਫਿਰ ਇੱਕ ਹੋਰ ਕਮਜ਼ੋਰੀ ਪੈਦਾ ਹੋ ਜਾਂਦੀ ਹੈ ਆਪਣੇਾਂ ਦੇ ਹੀ ਨੈਗੇਟਿਵ ਵਰਤਾਰਿਆਂ ਦੀ ਜ਼ਿਆਦਾ ਚਰਚਾ ਕਰਦਾ ਇਹ ਤਾਂ ਹੁੰਦੇ ਰਹਿਣਗੇ ਇਹ ਤਾਂ ਲਹਿਰਾਂ ਨੇ ਸਮਾਜ ਤੇ ਸੰਸਾਰ ਦੀਆਂ ਲਹਿਰਾਂ ਨੇ ਸੰਸਾਰ ਸਮੁੰਦਰ ਹੈ ਤੇਰੇ ਅੰਦਰ ਡੋਲਤਾ ਹੋਵੇ ਸਭ ਕੁਝ ਦੀਆਂ ਲਹਿਰਾਂ ਦੇ ਵਿੱਚੋਂ ਦੀ ਜੀਵਨ ਜਿਉਣਾ ਹੈ ਔਰ ਪਰਪਕਾਰੀ ਗੁਰੂ ਦੇ ਮਿਸ਼ਨ ਵਾਲਾ ਜੀਵਨ ਜਿਉਣਾ ਹੈ ਪਰਪਕਾਰ ਕਰਦੇ ਰਹਿਣਾ ਹੈ ਜੋ ਬਖਸ਼ਿਸ਼ਾਂ ਜੋ ਕਲਾ ਜੋ ਦਾਤ ਵਾਇਗਰੂਜੀ ਨੇ ਦਿੱਤੀ ਹੈ ਉਹਨੂੰ ਵੰਡ ਹੋਰ ਇਸ ਭਾਵਨਾ ਨਾਲ ਵੰਡ ਕਿ ਗੁਰੂ ਦੀ ਦਿੱਤੀ ਹੋਈ ਬਖਸ਼ਿਸ਼ ਗੁਰੂ ਦੀ ਦਿੱਤੀ ਹੋਈ ਕਲਾ ਗੁਰੂ ਦੀ ਦਿੱਤੀ ਹੋਈ ਦਾਤ ਗਿਆਨ ਦੀ ਦਾਤ ਐ ਸੋਜੀ ਦੀ ਦਾਤ ਐ ਇਹਨੂੰ ਇਸ ਤਰ੍ਹਾਂ ਨਾਲ ਵੰਡ ਜਿਹਦੇ ਕੋਲੇ ਰੱਬੀ ਪਿਆਰ ਵਿੱਚ ਗਿਆਨ ਖਜ਼ਾਨਾ ਹੈ ਉਹਨੂੰ ਸ਼ਰਧਾ ਦੀ ਦਸ਼ਾ ਵੀ ਮਿਲ ਜਾਵੇ ਇਹਦੇ ਕੋਲੇ ਸ਼ਰਧਾ ਦਾ ਖਜ਼ਾਨਾ ਹੈ ਉਹਨੂੰ ਗਿਆਨ ਦੀ ਦਸ਼ਾ ਵੀ ਮਿਲ ਜਾਵੇ ਪਿਆਰ ਵਧੇ ਖਰਦਾ ਬਦੇ ਵਿਸ਼ਵਾਸ ਬਣੇ ਸਮਾਜ ਵਿੱਚ ਏਕਤਾ ਇਤਫਾਕ ਵਾਲੇ ਪਾਸੇ ਨੂੰ ਮਾਹੌਲ ਸਿਰਜਿਆ ਜਾਵੇ ਇਸ ਤਰ੍ਹਾਂ ਬੰਡ ਅਰਾਂ ਵਿੱਚ ਏਕਤਾ ਇਤਫਾਕ ਵਾਲਾ ਮਾਹੌਲ ਸਿਰਜੰਦੇ ਸੋਚ ਸੁਭਾਅ ਵੱਲ ਦੀ ਦਿਸ਼ਾ ਬਣੇ ਇਸ ਦਿਸ਼ਾ ਵੱਲ ਨੂੰ ਸੋਚ ਸੁਭਾਅ ਬਣਨ ਇਸ ਤਰ੍ਹਾਂ ਬੰਡ ਸਰਪਕਾਰਕਾਰ ਨਫ਼ਰਤ ਘਟੇ ਬੰਡੀਆਂ ਧੜੇ ਬੰਦੀਆਂ ਘਟਣ ਇਹ ਯਤਨਸ਼ੀਲ ਹੋਈਏ ਜਿਹੜੇ ਬੋਲ ਬੋਲਣ ਨਾਲ ਧੜੇ ਬੰਦੀਆਂ ਹੋਰ ਵੱਧਦੀਆਂ ਨੇ ਉਹ ਬੋਲਾਂ ਤੋਂ ਗੁਰੇਜ਼ ਕੀਤਾ ਜਾਵੇ ਜੀ ਦੇ ਨਾਲ ਪਿਆਰ ਏਕਤਾ ਇਤفاق ਵਧੇ ਐਸੇ ਬੋਲ ਬੋਲੇ ਜਾਣ ਐਸੀ ਡਿਸਕਸ਼ਨ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਵੀ ਐਸੀ ਡਿਸਕਸ਼ਨ ਹੋਵੇ ਟੈਲੀਵਿਜ਼ਨ ਰੇਡੀਓ ਪਲੇਟਫਾਰਮਸ ਦੇ ਉੱਪਰ ਵੀ ਇਸ ਤਰ੍ਹਾਂ ਦੀ ਡਿਸਕਸ਼ਨ ਹੋਵੇ ਕਿ ਏਕਤਾ ਵਾਲਾ ਮਾਹੌਲ ਸਿਰਜਿਆ ਜਾਵੇ ਨਫ਼ਰਤ ਵਧਾਉਣ ਵਾਲਾ ਧਰੇਬੰਦੀਆਂ ਵਧਾਉਣ ਵਾਲਾ ਮਾਹੌਲ ਸਿਰਜਣ ਵਾਲੀਆਂ ਵਿਚਾਰਾਂ ਤੋਂ ਗੁਰੇਜ਼ ਕੀਤਾ ਜਾਵੇ ਇਸ ਤਰ੍ਹਾਂ ਪੰਡ ਮਿਸ਼ਨ ਤੇ ਤੌਰ ਪਰ ਅਡੋਲਤਾ ਚਾਹੀਦੀ ਹੈ ਵਰਤਾਰਤਾ ਵਰਤਦੇ ਰਹਿਣਗੇ ਇਸ ਅਡੋਲਤਾ ਨੇ ਸਹਜੇ ਗਾਵੇ ਆ ਥਾਏ ਪਵੇ ਬਿਨ ਸਹਜੇ ਕਥਨੀਵਾਦ ਇਸ ਅਡੋਲਤਾ ਦੇ ਵਿੱਚ ਰੱਬ ਦੀ ਸਿਫਤ ਸਲਾਗਾ ਕਰਨੀ ਗੁਰੂ ਦੀਆਂ ਵਡਿਆਈਆਂ ਕਰਨੀਆਂ ਗੁਰੂ ਦੇ ਗੁਣਾਂ ਦੀਆਂ ਰੱਬੀ ਵਰਤਾਰਿਆਂ ਦੀਆਂ ਵਡਿਆਈਆਂ ਕਰਨੀਆਂ ਫਿਰ ਪਰਵਾਨ ਹੋਣਗੀਆਂ ਥਾਏ ਪਵੈ ਅਡੋਲਤਾ ਤੋਂ ਬਿਨਾ ਸਹਜ ਤੋਂ ਬਿਨਾ ਅਸਲੀ ਸੋਝੀ ਤੋਂ ਬਿਨਾ ਤੇ ਤੇਰੀ ਡਿਸਕਸ਼ਨ ਤੇਰੇ ਵਿਚਾਰ ਇਹ ਮੇ ਬਾਦ ਵਿਵਾਦ ਝਗੜਾ ਤੜੇ ਬੰਦੀਆਂ ਵਧਾਉਣ ਵਾਲੇ ਫਜ਼ੂਲ ਹੋਣਗੇ ਆਖੋ ਵਾਹਿਗੁਰੂ ਸਹਜੇ ਹੀ ਭਗਤ ਉਪਜੈ ਸਹਜ ਪਿਆਰ ਬੈਰਾਗ ਅਡੋਲਤਾ ਨਾਲ ਹੀ ਅੰਦਰ ਬੈਰਾਗ ਤੇ ਪਿਆਰ ਵੱਧ ਆਏ ਅਡੋਲਤਾ ਨਾਲ ਹੀ ਜੀਵਨ ਭਗਤੀ ਬਣਦਾ ਹੈ ਸਹਜ ਹੈ ਤੇ ਸੁਖ ਸ਼ਾਂਤ ਹੋਏ ਬਿਨ ਸਹਜ ਹੈ ਜੀਵਨਵਾਦ ਇਸ ਅਡੋਲਤਾ ਵਿੱਚੋਂ ਹੀ ਅੰਦਰਲਾ ਸੰਤੁਸ਼ਟੀ ਵਾਲਾ ਇੱਕ ਆਨੰਦ ਰਾਸ ਸੁਖ ਜਾਗਦਾ ਹੈ ਅੰਦਰੋਂ ਸੁਖੀ ਹੁੰਦਾ ਇਸ ਨਾਲ ਹੀ ਅੰਦਰ ਮਨ ਸ਼ਾਂਤ ਹੁੰਦਾ ਇਹਦੇ ਤੋਂ ਬਿਨਾ ਬਿਨ ਸਹਜ ਹੈ ਜੀਵਨਵਾਦ ਦੌਲਤਾ ਦੇ ਗੁਣ ਤੋਂ ਬਿਨਾ ਜੀਵਨ ਬਿਆਰਥ ਜਾਂਦਾ ਹੈ ਬੋਲਣਾ ਬ्यर्थ ਹੋ ਜਾਂਦਾ ਹੈ ਸੋਚਣਾ ਵੀ ਬ्यर्थ ਹੋ ਜਾਂਦਾ ਹੈ ਸਾਰੀ ਪਲਾਨਿੰਗ ਜੀਵਨ ਬਰਬਾਦ ਕਰਨ ਵਾਲੀ ਬਣ ਜਾਂਦੀ ਹੈ ਸਹਜ ਸਲਾਹੀ ਸਦਾ ਸਦਾ ਸਹਜ ਸਮਾਧ ਲਗਾਏ ਅਸਲੀ ਸਮਾਧੀ ਗੁਰਮਤਿ ਦੀ ਕੀ ਹੈ ਅਡੋਲਤਾ ਵਿੱਚ ਜਿਉਣਾ ਇਸ ਅਡੋਲਤਾ ਵਿੱਚ ਉਹ ਕੀਤੀ ہوئی ਸਿਫਤ ਸਲਾਗਾ ਗੁਰੂ ਦੇ ਉਪਦੇਸ਼ ਦੀ ਰੋਸ਼ਨੀ ਵਿੱਚ ਹੋਏ ਸਹਜੇ ਹੀ ਗੁਣ ਉਚਰੈ ਭਗਤ ਕਰੇ ਲੇਵ ਲਾਇ ਫਿਰ ਤੇਰੀ ਉਚਰੈ ਹੁੰਦਾ ਬੋਲ ਡਿਸਕਸ਼ਨ ਸਬਜੈਕਟ ਤੇਰੇ ਬੋਲਾਂ ਵਿੱਚ ਤੇਰੇ ਡਿਸਕਸ਼ਨ ਵਿੱਚ ਤੇਰੇ ਸ਼ਬਦਾਂ ਵਿੱਚ ਗੁਣ ਝਲਕਣਗੇ ਆਖੋ ਵਾਹਿਗੁਰੂ ਗੁਣਾ ਦਾ ਵਰਤਾਰਾ ਫਸਰੇਗਾ ਗੁਣਾ ਦਾ ਅਸਰ ਬਣੇਗਾ ਲੋਕਾਂ ਦੇ ਸੁਭਾਅ ਸੋਚ ਗੁਣ ਵਾਲੇ ਪਾਸੇ ਨੂੰ ਜਾਣਗੇ ਇਹ ਤੇਰੇ ਅੰਦਰ ਡੋਲਦਾ ਰਹੂਗਾ ਨਹੀਂ ਤਾਂ ਡੋਲ ਜਾਏਗਾ ਵਰਤਾਰਿਆਂ ਨੂੰ ਦੇਖ ਕੇ ਡੋਲ ਗਿਆ ਉਹਨਾਂ ਵਰਤਾਰਿਆਂ ਨੂੰ ਦੇਖ ਕੇ ਨਫ਼ਰਤ ਨਾਲ ਭਰ ਗਿਆ ਨਫ਼ਰਤ ਬੰਨਣ ਲੱਗ ਜਾਏਗਾ ਜੇ ਵਰਤਾਰਿਆਂ ਨੂੰ ਦੇਖ ਕੇ ਜੈਲਸ ਹੋ ਗਿਆ ਜੈਲਸ ਬਣ ਦੇਗਾ ਅਡੋਲਤਾ ਦੇ ਨਾਲ ਜੇ ਨਾ ਡੋਲਿਆ ਅਡੋਲਤਾ ਨਾਲ ਗੋਣ ਆਉਣਗੇ ਅਸਲੀ ਭਗਤੀ ਸਮਝ ਲੱਗੇਗੀ ਤੇ ਇਸ ਪਾਸੇ ਤੇਰੀ ਲੇਵਲ ਅੱਗ ਜਾਏਗੀ ਗੀਵੰਦੀธารਾ ਆਪਣੇ ਆਪ ਤੁਰਨ ਲੱਗ ਜਾਏਗੀ ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ ਉਹਦੇ ਲਈ ਗੁਰੂ ਦੇ ਉਪਦੇਸ਼ ਸ਼ਬਦ ਉਸ ਸ਼ਬਦ ਦੇ ਨਾਲ ਰੱਬ ਦੇ ਮਾਰਗ ਦਾ ਰਸ ਆਏਗਾ ਰੱਬ ਦੀ ਯਾਦ ਦਾ ਰਸ ਆਏਗਾ ਧਿਸ਼ਕਰਾਨੇ ਵਿੱਚ ਜਿਉਣ ਦਾ ਰਸ ਆਏਗਾ ਤੇ ਰੱਬੀ ਗੁਣਾ ਵਿੱਚ ਜਿਉਣ ਦਾ ਰਸ ਬੜਾ ਕਮਾਲ ਦਾ ਆਏਗਾ ਵਾਹਿਗੁਰੂ ਜੀ ਹਰ ਥਾਂ ਤੇ ਹਾਜ਼ਰ-ਨਾਜ਼ਰ ਨੇ ਇਹ ਮਨ ਵਿੱਚ ਵੀ ਵਸ ਜਾਏਗਾ ਤੇ ਸੁਰਤ ਵਿੱਚ ਵੀ ਵਸ ਜਾਏਗਾ ਸੁਰਤ ਰਸ ਮਾਣੇਗੀ ਸੁਰਤ ਨੂੰ ਦੱਸਨਾ ਕਿ ਹੈ ਰਸ ਮੰਨਣ ਵਾਲੀ ਸਹਜੇ ਕਾਲ ਵਿਡਾਰੇ ਆ ਸੱਚ ਸ਼ਰਨਾਈ ਪਾਏ ਇਸ ਅਡੋਲਤਾ ਦੇ ਨਾਲ ਜਿਹੜਾ ਕੁਸੰਗ ਤੇ ਕੁਸੰਗੀਆਂ ਦਾ ਰਸ ਅੰਦਰ ਆਤਮਿਕ ਮੌਤ ਪੈਦਾ ਕਰਦਾ ਸੀ ਨਾ ਉਹ ਕਾਲ ਜਿਹਰੇ ਤੇ ਪ੍ਰਭਾਵ ਨਹੀਂ ਪਾਏਗਾ ਸੱਚ ਸ਼ਰਨਾਈ ਪਾਏ ਸੱਚ ਦੀ ਸ਼ਰਨ ਪੈਣ ਦੀ ਯੋਗਤਾ ਜਾਏਗੀ ਸਹਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ ਇਸ ਅਡੋਲਤਾ ਦੇ ਨਾਲ ਮਾਨਨੇ ਮਤਨੇ ਭਾਵਨਾ ਨੇ ਸੱਚ ਦੇ ਰਾਸਾਂ ਦੀ ਕਾਰ ਕੀਤੀ ਕਰਮ ਕੀਤੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਸੌਖਾ ਬਸ ਗਿਆ ਅੰਦਰ ਆਖੋ ਕਿਉਂਕਿ ਅਡੋਲਤਾ ਨੇ ਸੋਚ ਤੇ ਸੁਭਾਅ ਦਾ ਖੇਤ ਸੰਵਾਰ ਦਿੱਤਾ ਭਾਵਨਾ ਦਾ ਖੇਤ ਸੰਵਰ ਗਿਆ ਰੱਬ ਦੇ ਨਾਮ ਦਾ ਬੀਜ ਸੱਜੇ ਉੱਗਿਆ ਆਏਗਾ ਆਖੋ ਸੇ ਬੜੇ ਭਾਗੀ ਜਿਨਿ ਪਾਇਆ ਸਹਜੇ ਰਹੇ ਸਮਾਏ ਉਨ੍ਹਾਂ ਦੇ ਅੰਦਰ ਗੁਨਾ ਵਾਲਾ ਭਾਗ ਬਣ ਗਿਆ ਉੱਚੀ ਸੋਚ ਉੱਚੀ ਭਾਵਨਾ ਉੱਚੇ ਜਜ਼ਬੇ ਉੱਚਾ ਪਿਆਰ ਚੰਗੇ ਵਿਚਾਰ ਚੰਗੀ ਸੋਚ ਸਹਿਜ ਵਿੱਚ ਸਮਾ ਗਿਆ ਅਡੋਲਤਾ ਵਿੱਚ ਜਿਉਣਾ ਚੰਗਾ ਲੱਗ ਗਿਆ ਵਰਤਾਰੇ ਵਰਤਦੇ ਹੀ ਰਹਿਣਗੇ ਵਿਚਲਿਤ ਨਹੀਂ ਹੋਣਾ ਵਰਤਾਰੇ ਤਾਂ ਵਰਤਦੇ ਹੀ ਰਹਿਣਗੇ ਗੁਰੂ ਦੇ ਦੱਸੇ ਮਾਰਗ ਤੇ ਤੁਰਦੇ ਰਹਿਣਾ ਪਰਪਕਾਰ ਕਰਨਾ ਪਰਪਕਾਰ ਕਰਿਆ ਉਹ ਸਫਲ ਜਿਹਦੇ ਰਿਜ਼ਲਟ ਆਉਣ ਉਹਨੂੰ ਸ਼ੁਭ ਕਮਲ ਕਹਿੰਦੇ ਇਹ ਸਾਰੇ ਵਿਦਵਾਨ ਸਜਣ ਸਾਰੇ ਗਿਆਨਵਾਨ ਸੰਜਮ ਵਾਲੇ ਸ਼ਬਦ ਗੁਰੂ ਦੇ ਉਪਦੇਸ਼ਾਂ ਦੀ ਰੋਸ਼ਨੀ ਦੇ ਵਿੱਚ ਵਿਚਾਰਤਾਰਾ ਸਬਜੈਕਟ ਦੁਨੀਆ ਦੇ ਘਰਾਂ ਤੱਕ ਦੁਨੀਆ ਦੇ ਲੋਕਾਂ ਦੇ ਮਨਾਂ ਤੱਕ ਪਹੁੰਚਾਉਣ ਇੱਕਤਾ ਵਾਲਾ ਮਾਹੌਲ ਸਿਰਜਿਆ ਜਾ ਸਕਦਾ ਹੈ ਗੁਰੂ ਦੇ ਉਪਦੇਸ਼ ਨੂੰ ਸਾਹਮਣੇ ਰੱਖ ਕੇ ਇਸ ਗੱਲ ਦੀ ਚੇਤਨਾ ਹੋਵੇ ਕਿ ਜਿਹੜੇ ਬੋਲ ਜਿਹੜੇ ਸਬਜੈਕਟ ਜਿਹੜੀ ਡਿਸਕਸ਼ਨ ਤੜੇ ਬੰਦੀਆਂ ਨਫ਼ਰਤ ਵਧਾਉਂਦੀ ਹੈ ਉਹ ਤੋਂ ਗਰੇਸ ਕਰਨਾ ਖੋ। ਮਾਡਰਨ ਟੈਕਨੋਲੋਜੀ ਦਾ ਯੁੱਗ ਹੈ। ਟੈਲੀਵਿਜ਼ਨ ਦੇ ਪਲੈਟਫਾਰਮ ਇਕਤਾ ਲਿਆਉਣ ਵਿੱਚ ਸਾਰਥਿਕ ਸਹਾਇ ਹੋ ਸਕਦੇ ਨੇ। ਸੋਸ਼ਲ ਮੀਡੀਆ ਸਾਰਥਿਕ ਸਹਾਇ ਹੋ ਸਕਦਾ ਹੈ ਪਰ ਗੁਰੂ ਦੇ ਉਪਦੇਸ਼ ਦੀ ਰੋਸ਼ਨੀ ਵਿੱਚ ਗਿਆਨ ਰੂਪੀ ਨਾਮ ਆਪਣੇ ਆਪ ਵਿੱਚ ਬੜਾ ਕਮਾਲ ਦਾ। ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ ਮਾਇਆ ਕੀ ਐ ਲੋងਗੇ ਟੈਨਸ਼ਨ ਨਫਰਤ ਵਾਲੇ ਪਾਸੇ ਖਿੰਦਾ ਰਾਸ ਵਾਲੇ ਪਾਸੇ ਖਿੱਚ ਕੇ ਲੈ ਜਾਂਦੀ ਹੈ ਹੰਕਾਰ ਵਾਲੇ ਪਾਸੇ ਖਿੱਚ ਕੇ ਲੈ ਜਾਂਦੀ ਹੈ ਹੰਕਾਰ ਚ ਸਾਰੇ ਨੀਵੇਂ ਦਿਸਦੇ ਉਹਦੇ ਚ ਭਰਾਮਾਰੂ ਜੰਗ ਪੈਦਾ ਹੋਣ ਦੇ ਖਤਰੇ ਪੈਦਾ ਹੋ ਜਾਂਦੇ ਨੇ ਉਹਦੇ ਵਿੱਚ ਅੰਦਰ ਅਡੋਲਤਾ ਨਹੀਂ ਜਾਗ ਸਕਦੀ ਅੰਦਰ ਗੁਰੂ ਦੇ ਉਪਦੇਸ਼ ਅੰਦਰ ਪ੍ਰਗਟ ਨਹੀਂ ਹੁੰਦੇ ਪ੍ਰੈਕਟੀਕਲ ਸਬਾਅ ਵਿੱਚ ਨਹੀਂ ਹੁੰਦੇ ਸੋਚ ਵਿੱਚ ਨਹੀਂ ਹੁੰਦੇ ਫਿਰ ਆਪਣੇ ਸੁਭਾਅ ਦੇ ਪਿੱਛੇ ਲਾ ਕੇ ਮਨਮੁਖ ਕਰਮ ਕਮਾ ਬਣੇ ਹਉ ਮੈਂ ਜਲੇ ਜਲਾਏ ਮਨ ਦੇ ਪਿੱਛੇ ਲਾ ਕੇ ਜਿਹੜੇ ਕਰਮ ਹੁੰਦੇ ਨੇ ਉਹ ਹੰਕਾਰ ਦੇ ਵਿੱਚੋਂ ਨਿਕਲਦੇ ਨੇ ਉਹ ਅੰਦਰੋਂ ਗੁਣਾ ਨੂੰ ਸਾੜਦੇ ਨੇ ਬਾਹਰ ਗੁਣਾ ਵਾਲਾ ਮਾਹੌਲ ਸਾੜ ਦਿੰਦੇ ਨੇ ਜਮਨ ਮਰਨ ਨਾਲ ਚੁਕਈ ਫਿਰ ਫਿਰ ਆਵੇ ਜਾਏ ਅੰਦਰ ਫਿਰ ਪਸ਼ੂ ਪਰਵਰਤੀਆਂ ਜਾਨਵਰ ਪਰਵਰਤੀਆਂ ਉਹਦੇ ਵਿੱਚ ਮਨ ਦਾ ਆਵਣਾ ਜਾਵਣਾ ਅੰਦਰੇ ਦੇ ਜਨਮ ਮਰਨ ਚੱਲਦਾ ਰਹਿੰਦਾ ਹੈ ਤ੍ਰੈ ਗੁਣਾ ਵਿੱਚ ਸਹਜ ਨਾ ਪਾਈਐ ਤ੍ਰੈ ਗੁਣ ਭਰਮ ਪੁਲਾਏ ਤਿੰਨ ਗੁਣ ਪਿਛਲੇ ਐਪੀਸੋਡ ਵਿੱਚ ਵਿਚਾਰੇ ਸੀ ਉੱਥੋਂ ਸੁਣ ਲੈਣਾ ਰਜੋ ਤਮੋ ਸਤੋ ਜਿਨ੍ਹਾਂ ਨੇ ਰਜੋ ਤਮੋ ਸਤੋ ਵਿੱਚ ਕਰਮ ਕੀਤੇ ਉਹਨਾਂ ਅੰਦਰ ਅਡੋਲਤਾ ਨਹੀਂ ਆ ਸਕਦੀ ਉਹ ਭਰਮ ਭਲੇਖੇ ਵਿੱਚ ਜੀਵਨ ਜਿਉਂਦੇ ਨੇ ਬੜੀ ਐ ਗੁਣੀ ਐ ਕਿਆ ਕਥੀ ਐ ਜਾਂ ਮੁੰਡੋ ਕੁੱਥਾ ਜਾਏ ਅੰਦਰ ਗੁਰੂ ਦੇ ਉਪਦੇਸ਼ ਦੀ ਰੋਸ਼ਨੀ ਨਹੀਂ ਅੰਦਰ ਸਹਜ ਨਹੀਂ ਅੰਦਰ ਉਹ ਖਾਲੀ ਹੈ ਮੁੰਡੋ ਕੁਥਾ ਹੈ ਉਹਦਾ ਕੀ ਪੜਨਾ ਕੀ ਵਿਚਾਰਨਾ ਤੇ ਕੀ ਦੂਸਰਿਆਂ ਨੂੰ ਦੱਸਣਾ ਅਸਰ ਨਹੀਂ ਪਾਵੇਗਾ ਖੁਦਾ ਪ੍ਰਭਾਵ ਲਾਰਾ ਪਾਵੇਗਾ ਚੌਥੇ ਪਦ ਮੈਂ ਸਹਜ ਹੈ ਗੁਰਮਕ ਪੱਲੇ ਪਾਏ ਨਾ ਰਜੋ ਵਿੱਚ ਨਾ ਤਮੋ ਵਿੱਚ ਨਾ ਸਤੋ ਵਿੱਚ ਇਸ ਤੋਂ ਉੱਪਰਲੀ ਸੋਚ ਉਹਦੇ ਵਿੱਚ ਸਹਜ ਹੈ ਉਥੇ ਪਦ ਦੇ ਵਿੱਚ ਅਡੋਲਤਾ ਹੈ। ਵਿਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਦੀ ਰੋਸ਼ਨੀ ਵਿੱਚ ਉਹਦੇ ਨਾਲ ਪਿਆਰ ਕਰਕੇ ਉਹਦੇ ਲੜ ਲਾ ਕੇ ਪੱਲਾ ਗਿਆਨ ਰੂਪੀ ਨਾਮ ਨੂੰ ਜ਼ਿੰਦਗੀ 'ਚ ਜਿਉਂ ਕੇ ਇਹ ਪ੍ਰਾਪਤੀ ਹੁੰਦੀ ਹੈ। ਨਿਰਗੁਣ ਨਾਮ ਅਨਿਹਨ ਹੈ। ਸਹਜੇ ਸੋਜੀ ਹੋਏ ਉਹਨਾਂ ਤਿਨਾ ਗੁਣਾ ਤੋਂ ਰਹਿਤ ਹੈ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਖਜ਼ਾਨਾ ਡੋਲਤਾ ਵਿੱਚ ਜਿਉਂ ਕੇ ਹੀ ਇਹ ਸੋਝੀ ਮਿਲੇਗੀ ਵਰਤਾਰਿਆਂ ਦੇ ਵਿੱਚ ਵਿਚਲਿਤ ਹੋਣ ਤੋਂ ਉੱਪਰ ਉੱਠ ਕੇ ਛੜੇ ਮੰਦੀਆਂ ਦੀ ਸੋਚ ਤੋਂ ਉੱਪਰ ਉੱਠਣਾ ਪਵੇਗਾ ਨਫ਼ਰਤ ਨਿੰਦਾ ਦੇ ਰਾਸ ਤੋਂ ਬਚਣਾ ਪਵੇਗਾ ਤੇਰੇ ਮਤ ਗੁਣਵੰਤੀ ਬਣੇਗੀ ਗੁਣਵੰਤੀ ਸਾਲਾ ਹੈ ਸੱਚੇ ਸੱਚੀ ਸੋਏ ਗੁਣਵੰਤੀ ਮਤ ਨੇ ਰੱਬ ਦੇ ਗੁਣਾਂ ਦੀ ਡਿਸਕਸ਼ਨ ਕੀਤੀ ਗੁਰੂ ਦੇ ਉਪਦੇਸ਼ਾਂ ਦੀ ਡਿਸਕਸ਼ਨ ਕੀਤੀ ਗੁਰੂ ਤੇ ਰੱਬ ਦੀ ਵਡਿਆਈ ਸਲਾਗਾ ਦੁਨੀਆਂ ਦੇ ਸਾਹਮਣੇ ਰੱਖੀ ਉਹ ਸੱਚੀ ਵਡਿਆਈ ਹੈ ਭੁੱਲਿਆ ਸਹਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ ਜਿਹੜਾ ਮਨ ਭੁੱਲਿਆ ਹੋਇਆ ਸੀ ਨਾ ਸਹਜ ਨੇ ਗੁਰੂ ਦੇ ਉਪਦੇਸ਼ ਨਾਲ ਮਿਲਾ ਦਿੱਤਾ ਗੁਰੂ ਦਾ ਉਪਦੇਸ਼ ਚੰਗਾ ਲੱਗਣ ਲੱਗਾ ਇਹ ਸੰਸਾਰ ਜੀਵਨ ਜਿਉਣਾ ਹੀ ਅਸਲੀ ਮਾਰਗ ਦੱਸਣ ਬਿਨ ਸਹਜਾ ਸਭ ਅੰਧ ਹੈ ਮਾਇਆ ਮੋਹ ਗੁਬਾਰ ਸਹਜ ਤੋਂ ਬਿਨਾ ਅਡੋਲਤਾ ਤੋਂ ਬਿਨਾ ਅਗਿਆਨਤਾ ਹੈ ਦੂਜੇ ਦੇ ਔਗਣ ਦਿਸਦੇ ਨੇ ਆਪਣੇ ਨਹੀਂ ਪਤਾ ਹੀ ਨਹੀਂ ਲੱਗਦਾ ਕਦੋਂ ਨਫ਼ਰਤ ਵਧਾਉਣ ਦੇ ਪਾਤਰ ਖੁਦ ਬਣ ਜਾਂਦੇ ਆ ਧੜੇ ਬੰਦੀਆਂ ਦੀ ਗੱਲ ਕਰਦੇ ਆ ਖੁਦ ਧੜੇ ਬੰਦੀਆਂ ਵਧਾਉਣ ਦੇ ਅਸੀਂ ਪਾਲਟ ਬਣ ਜਾਂਦੇ ਆ ਉਹਦੇ ਪਾਤਰ ਬਣ ਜਾਂਦੇ ਆ ਅੰਦਰ ਕੋ ਪਹਨੇ ਰਾਇ ਅਗਿਆਨਤਾ ਹੈ ਸੋਜੀ ਨੇ ਆਪਣੇ ਸੋਚ ਸੁਭਾਉ ਨੂੰ ਪਰਖਣ ਦੀ ਸੁਭਾਉ ਦੇ ਰਸਾਂ ਦੀ ਸੋਚ ਦੇ ਰਸਾਂ ਦੀ ਖਿੱਚ ਵਿੱਚ ਮੋਹ ਦੇ ਵਿੱਚ ਗਲਤਾਨ ਹੈ ਇਹ ਮਤ ਸਹਿਜੇ ਹੀ ਸੋਜੀ ਪਈ ਸੱਚਾ ਸ਼ਬਦ ਅਪਾਰ ਗੁਰੂ ਦੇ ਉਪਦੇਸ਼ ਰੱਬੀ ਉਪਦੇਸ਼ ਹੈ ਬਿਆਨਤ ਹੈ ਉਪਦੇਸ਼ ਦੀ ਸ਼ਕਤੀ ਜਿਨੇ ਸੁਭਾਉ ਸੋਚ ਨੂੰ ਬਦਲ ਦੇਣਾ ਉਪਦੇਸ਼ ਨੇ ਵਰਤਾਰਿਆਂ ਨੂੰ ਬਦਲ ਦੇਣਾ ਹੈ ਪਾਰ ਹੈ ਬਿਆੰਤ ਹੈ ਉਪਦੇਸ਼ ਨੇ ਜਦੋਂ ਸੋਚ ਸੁਭਾਉ ਨੂੰ ਬਦਲ ਦਿੱਤਾ ਇਹਨੂੰ ਉਪਦੇਸ਼ ਦੀ ਬਖਸ਼ਿਸ਼ ਕਹਿ ਦਿੱਤਾ ਗੁਰ ਪ੍ਰਸਾਦ ਬਿਆੰਤ ਹੈ ਅਡੋਲਤਾ ਦੇ ਗੁਣ ਨੇ ਇਸ ਦੀ ਸੋਝੀ ਕਰਵਾਉਣੀ ਸਰੇ ਰਹਿਣਾ ਹੈ ਉਪਦੇਸ਼ ਮੰਨਦੇ ਰਹਿਣਾ ਉਪਦੇਸ਼ ਸਮਝਦੇ ਰਹਿਣਾ ਗੁਰੂ ਦੇ ਉਪਦੇਸ਼ ਦੀ ਸੋਝੀ ਗੁਰ ਸਰੂਪ ਦੇ ਦਿੱਤੇ ਹੋਏ ਚਾਨਣ ਪ੍ਰਕਾਸ਼ ਸੋਝੀ ਨਾਲ ਸੁਭਾਅ ਨੂੰ ਦੇਖਣਾ ਸੋਚ ਨੂੰ ਦੇਖਣਾ ਸੁਭਾਅ ਨੂੰ ਪਰਖਦੇ ਰਹਿਣਾ ਸਵਾਰਦੇ ਰਹਿਣਾ ਅਡੋਲਤਾ ਤੁਰਦੇ ਰਹਿਣਾ ਸੋਚ ਨੂੰ ਪਰਖਦੇ ਰਹਿਣਾ ਸੋਚ ਨੂੰ ਸਵਾਰਦੇ ਰਹਿਣਾ ਇਸ ਸੋਝੀ ਨੂੰ ਵੰਡਦੇ ਰਹਿਣਾ ਅਡੋਲਤਾ ਦੇ ਗੁਣ ਵਿੱਚੋਂ ਮਿਲੇਗੀ ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ ਸਰਤਾਰ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਰੱਬੀ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰ ਸਰੂਪ ਇਹਨੇ ਮਿਲਾਪ ਕਰਵਾਉਣਾ ਸੋਜੀ ਕਰਵਾਉਣੀ ਹੈ ਜੀਵਨ ਦੀ ਦਿਸ਼ਾ ਦੇਣੀ ਹੈ ਸੁਭਾਅ ਨੂੰ ਸੋਚ ਨੂੰ ਇੱਕ ਦਿਸ਼ਾ ਦੇਣੀ ਹੈ ਭਾਵਨਾ ਨੂੰ ਜਜ਼ਬੇ ਨੂੰ ਪਿਆਰ ਨੂੰ ਲਗਨ ਨੂੰ ਇੱਕ ਚੰਗੀ ਦਿਸ਼ਾ ਦੇਣੀ ਹੈ ਜਿਹਨੂੰ ਗੁਰਮਤ ਦਾ ਮਾਰਗ ਕਹਿੰਦੇ ਆ ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ ਬਖਸ਼ਿਸ਼ ਵਾਹਿਗੁਰੂ ਜੀ ਜਾਂ ਗੁਰੂ ਲੈਣ ਦਾ ਤਰੀਕਾ ਗੁਰੂ ਦੇ ਉਪਦੇਸ਼ ਪੰਨ ਬਾਣੀ ਤੇ ਪ੍ਰਤੀ ਚੰਦ ਵੀ ਪੜਦਾ ਸੀ ਹੀਰਮਲ ਵੀ ਪੜਦਾ ਸੀ ਦੇਵਾ ਵੀ ਕਰਦਾ ਸੀ ਸੰਗਤ ਵੀ ਕਰਦਾ ਸੀ ਜੇ ਗੁਰੂ ਦੇ ਦਰਸ਼ਨ ਦੀ ਗੱਲ ਕਰੀਏ ਉਹ ਤਾਂ ਗੁਰੂ ਦੇ ਘਰ ਵਿੱਚ ਹੀ ਰਹਿੰਦੇ ਸੀ ਗੁਰੂ ਪਿਤਾ ਸੀ ਉਹਨਾਂ ਦੇ ਤਾਂ ਹਰ ਵੇਲੇ ਗੁਰੂ ਦੇ ਅੰਗ ਸੰਗ ਰਹਿੰਦੇ ਸੀ ਪਰ ਮੰਨਦੇ ਨਹੀਂ ਸੀ ਮੰਨਣ ਤੋਂ ਬਿਨਾ ਬਖਸ਼ਿਸ਼ ਦੀ ਗੱਲ ਬਖਸ਼ਿਸ਼ ਕੁਆ ਚੰਦੀ ਹੈ ਜਿੱਥੇ ਗੁਰੂ ਦੇ ਪੁੱਤਰ ਗੁਰੂ ਦੇ ਸਹਬਜਾਦੇ ਜਿੱਥੇ ਜ਼ਿੰਦਗੀ ਨਾਲ ਇਹ ਜੁੜ ਗਿਆ ਕਿ ਇਹ ਗੁਰੂ ਦੀ ਗੱਲ ਨਹੀਂ ਸੀ ਮੰਨਦੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਪੰਕਤੀ ਹੁੰਦੀ ਹੈ ਨਾ ਦਿਲ ਖੋਟੇ ਆਕੀ ਫਿਰਨ ਜਿਹੜੀ ਪੰਕਤੀ ਹੁੰਦੀ ਨਾ ਪੁੱਤਰੀ ਕਾਲ ਨਾ ਪਾਲਿਓ ਕਰ ਪੀਰੋਂ ਕੰਨ ਮਰਟਿਐ ਆਪਣੇ ਗੁਰੂ ਪੀਰ ਦਾ ਕਮ ਨਹੀਂ ਮੰਨਿਆ ਕਾਲ ਨਾ ਪਾਲਿਓ ਤੇ ਇਸ ਨਹੀਂ ਮੰਨਿਆ ਸਰ ਪੀਰੋਂ ਕੰਨ ਮਰਟਿਆ ਅਗੋ ਕੰਨਾ ਮੋੜ ਲਿਆ ਪਸਾ ਕਰ ਲਿਆ ਗੁਰੂ ਦੇ ਉਪਦੇਸ਼ ਨੂੰ ਮੰਨਿਆ ਨਹੀਂ ਆਪਣੀ ਭਾਵਨਾ ਦੂਸਰੇ ਪਾਸੇ ਰੱਖੀ ਦਿਲ ਖੋਟੇ ਆਕੀ ਫਿਰਨ ਅੰਦਰ ਦਿਲ ਵਿੱਚ ਉਤਿਆਸ ਆ ਗਈ ਖੁਸ਼ਿਆਰਾ ਬਣ ਗਿਆ ਆਕੀ ਹੋ ਗਏ ਬਾਗੀ ਹੋ ਗਏ ਗੁਰੂ ਦੇ ਉਪਦੇਸ਼ ਮੰਨਣ ਗੁਰੂ ਕਾ ਗੁਰਸਿੱਖ ਜਦੋਂ ਗੁਰੂ ਦਾ ਉਪਦੇਸ਼ ਨਹੀਂ ਮੰਨਦਾ ਬਾਗੀ ਹੋ ਰਿਹਾ ਗੁਰੂ ਦੇ ਇਸ ਲਈ ਗੁਰਬਾਣੀ ਗੁਰਮਤ ਗੁਰਸਿੱਖੀ ਨਾਲ ਪਿਆਰ ਕਰਨਾ ਹੈ ਬਾਗੀ ਨਹੀਂ ਹੋਣਾ ਬਾਗੀ ਨਹੀਂ ਹੋਣਾ ਫਿਰ ਬਖਸ਼ਿਸ਼ ਨਹੀਂ ਮਿਲਦੀ ਬਖਸ਼ਿਸ਼ ਤਾਂ ਸਮਰਪਿਤ ਹੋ ਕੇ ਮਿਲਦੀ ਬਾਗੀ ਹੋ ਕੇ ਨਹੀਂ ਬਾਗੀ ਹੋ ਕੇ ਨਹੀਂ ਸਹੇ ਦੇ ਅਦੇਸ਼ ਤੋਂ ਪਛਾਣੀ ਹੈ ਨਿਰਪੋ ਜੋਤ ਨਿਰੰਕਾਰ ਇਸ ਅਡੋਲਤਾ ਦੇ ਗੁਣ ਨਾਲ ਜੋ ਅਦ੍ਰਿਸ਼ਟ ਹੈ ਵਾਹਿਗੁਰੂ ਜੀ ਉਹਦੀ ਸਮਝ ਪੈਂਦੀ ਹੈ ਪਰ ਮਹਿਸੂਸ ਹੁੰਦੇ ਨਹੀਂ ਖਾਸ ਹੁੰਦਾ ਹੈ ਵਾਹਿਗੁਰੂ ਜੀ ਹਰ ਥਾਂ ਉਹ ਜੋਤ ਜਿਹੜੀ ਨਿਰਪਾਉ ਹੈ ਜਿਹਨੂੰ ਕਿਸੇ ਦਾ ਡਰ ਨਹੀਂ ਨਿਰੰਕਾਰ ਹੈ ਉਹਦਾ ਕੋਈ ਆਕਾਰ ਵੀ ਨਹੀਂ ਚੱਕਰ ਚਿੰਨ ਨਹੀਂ ਹੈ ਉਹਦਾ ਉਹਦੀ ਕੋਈ ਪਛਾਣ ਨਹੀਂ ਹੈ ਇਨਵੀਜੀਬਲ ਹੈ ਇਨਵੀਜੀਬਲ ਹੋਣ ਵਾਲੀ ਜੋਤ ਜਿਹਨ ਮਹਿਸੂਸ ਹੁੰਦੀ ਹੈ ਵਿਸ਼ਵਾਸ ਪੱਕ ਪਰਪੱਕ ਹੋ ਜਾਂਦਾ ਹੈ ਬਰਤਾਰੇ ਵਾਹਿਗੁਰੂ ਜੀ ਬਰਤਾਰੇ ਸਬਨਾ ਜੀਆਂ ਦਾ ਇੱਕ ਦਾਤਾ ਜੋਤੀ ਜੋਤ ਮਿਲਾਵਣ ਹਾਰ ਉਹ ਦਾਤਾ ਵਾਹਿਗੁਰੂ ਜੀ ਉਹਨਾਂ ਦੀ ਜੋਤ ਅੰਦਰ ਆਤਮਾ ਹੈ ਉਸੇ ਵਿੱਚੋਂ ਨਿਕਲੀ ਹੋਈ ਜੋਤ ਮਨ ਹੈ ਮਨ ਵਿੱਚ ਔਗਣ ਨੇ ਆਤਮਾ ਦੇ ਕੋਲ ਗੁਣ ਨੇ ਗੁਰੂ ਦੇ ਉਪਦੇਸ਼ ਨੇ ਮਨ ਨੂੰ ਗੁਣ ਦੇਣੇ ਨੇ ਗੁਣ ਸਿਖਾਉਣੇ ਨੇ ਕਿ ਜਿਉਂ-ਜਿਉਂ ਗੁਣਵਾਨ ਬੰਦਾ ਜਾਏਗਾ ਗੁਣਾ ਵਾਲਾ ਸੁਭਾਅ ਗੁਣਾ ਵਾਲੀ ਸੋਚ ਬਣਦੀ ਜਾਏਗੀ ਇਹਤ ਸਜੋਤ ਵੀ ਸਮਾਉਂਦਾ ਜਾਏਗਾ ਇਹਨੂੰ ਭਗਤ ਕਬੀਰ ਜੀ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰ ਰੱਬ ਦੀ ਜੋਤ ਹੈ ਅੰਦਰ ਤੇ ਹਰ ਦਾ ਜਨ ਕਿਹੜਾ ਮਨ ਜਿਉਂ ਜਿਉਂ ਮਨ ਨਰ ਪਾਉ ਹੋਏਗਾ ਨਿਰਵੈਰ ਹੋਏਗਾ ਗੁਣਾ ਵਾਲਾ ਬਣਦਾ ਜਾਏਗਾ ਉਹਦੇ ਵਰਗਾ ਬਣਦਾ ਜਾਏਗਾ ਪੂਰਾ ਸ਼ਬਦ ਸਲਾਹੀ ਹੈ ਜਿਸ ਦਾ ਅੰਤ ਨਾ ਪਾਰ ਆਵਾਰ ਗੁਰੂ ਦੇ ਉਪਦੇਸ਼ ਨੂੰ ਮੰਨਾਂਗੇ ਸੁਭਾਅ ਤੇ ਸੋਚ ਗੁਰੂ ਦੇ ਉਪਦੇਸ਼ ਸੰਸਾਰ ਹੋਏਗੀ ਫਿਰ ਗੁਰੂ ਦੇ ਉਪਦੇਸ਼ ਸੰਸਾਰ ਜਦੋਂ ਗੁਰੂ ਦੇ ਉਪਦੇਸ਼ ਦੀ ਰੋਸ਼ਨੀ ਵਿੱਚ ਸੰਸਾਰ ਸਮਾਜ ਦੇ ਵਰਤਾਰੇ ਨੂੰ ਦੇਖਾਂਗੇ ਲੱਗੇ 11 ਬਦੇ ਵਰਤਾਰੇ ਨੇ ਡਿਸਕਸ਼ਨ ਕਰਾਂਗੇ ਉਹ ਰਬ ਦੇ ਵਰਤਾਰਿਆਂ ਦੀ ਸਿੱਖਸ ਲਗਾ ਹੋਏਗੀ ਇਸ ਲਈ ਗਿਆਨੀਆਂ ਦਾ ਧਨ ਨਾਮ ਹੈ ਸਹਿਜ ਕਰਾਂ ਵਪਾਰ ਗਿਆਨਵਾਨੋ ਨੇ ਜਿਨ੍ਹਾਂ ਦੇ ਕੋਲ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਖਜ਼ਾਨਾ ਹਿਰਦੇ ਵਿੱਚ ਹੈ ਇਹ ਅਡੋਲਤਾ ਦੇ ਰਾਹੀ ਗੁਣਾਂ ਨਾਲ ਵਪਾਰ ਕਰਦੇ ਨੇ ਉਹਨਾਂ ਦਾ ਵਪਾਰ ਅੰਦਰ ਗੁਣ ਖਰੀਦਦੇ ਨੇ ਗੁਣ ਵੰਡਦੇ ਨੇ ਵਪਾਰੀ ਖਰੀਦਦਾ ਵੀ ਹੈ ਕਿ ਵੇਚਦਾ ਵੀ ਹੈ ਇਥੇ ਹੱਟੀ ਵਾਲਾ ਨਹੀਂ ਕਿ ਹਟਵਾਣੀਆਂ ਨਹੀਂ ਕਿਹਾ ਤੇ ਵਪਾਰੀ ਕਿ ਹੈ ਵਪਾਰ ਕਰਦਾ ਵੇਚਦਾ ਹੈ ਗਿਆਨਵਾਨ ਗੁਰਸਿੱਖ ਪਿਆਰੇ ਅਡੋਲਤਾ ਵਿੱਚ ਗੁਣਾ ਨੂੰ ਵਿਹਾਜਦੇ ਨੇ ਰੀਤਦੇ ਨੇ ਗੁਰੂ ਤੋਂ ਵੰਡਦੇ ਨੇ ਪਰਕਾਰ ਕਰਦੇ ਨੇ ਅਨੰਦਨ ਲਾਹ ਹਰ ਨਾਮ ਲੈਨ ਅਕੋਟ ਭਰੇ ਪੰਡਾਰ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ ਦੇ ਗੁਣਾ ਦੇ ਗੁਰੂ ਦੇ ਉਪਦੇਸ਼ ਦੇ ਖਜ਼ਾਨੇ ਅਖੋਟ ਨੇ ਕਦੀ ਘਟਦੇ ਨਹੀਂ ਮਿਟਦੇ ਨਹੀਂ ਘਟਦੇ ਨਹੀਂ ਖਤਮ ਨਹੀਂ ਹੁੰਦੇ ਅਖੋਟ ਖਜ਼ਾਨਾ ਹੈ ਦਿਨ ਰਾਤ ਇਸ ਦਾ ਲਹਾ ਲੈਂਦੇ ਨੇ ਗੁਰੂ ਜੀ ਇਹ ਖਜ਼ਾਨਾ ਐਸਾ ਨਾਨਕ ਟੋਟ ਨਾ ਆਵੇ ਦੀਏ ਦੇਵਨ ਹਾਰ ਦੇਵਨ ਹਾਰ ਵਾਹਿਗੁਰੂ ਜੀ ਬਖਸ਼ਿਸ਼ ਕਰਕੇ ਗੁਨਾ ਦੇ ਖਜ਼ਾਨੇ ਦਿੰਦੇ ਜੇ ਕਿਸੇ ਨੂੰ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦਾ ਰਸ ਆ ਗਿਆ ਨਾ ਵਾਹਿਗੁਰੂ ਜੀ ਨੇ ਦਿੱਤੀ ਇਹ ਵਾਹਿਗੁਰੂ ਜੀ ਦੀ ਭੈ ਭਾਵਨੀ ਵਿੱਚ ਫੈਸਲੇ ਲੈਣ ਦਾ ਜਜ਼ਬਾ ਜਾਗ ਪਿਆ ਨਾ ਲਗਨ ਬਣ ਗਈ ਆਦਤ ਬਣ ਗਈ ਹੈ ਵਾਹਿਗੁਰੂ ਜੀ ਨੇ ਦਿੱਤਾ ਇਹ ਦੇਵਨਾ ਵਾਹਿਗੁਰੂ ਜੀ ਦੇ ਗੁਣਾ ਵਾਲਾ ਜੀਵਨ ਜਿਉ ਕੇ ਪਰਪਕਾਰ ਕਰਨ ਦੀ ਵਰਤੀ ਹੈ ਨਾ ਵਾਹਿਗੁਰੂ ਜੀ ਨੇ ਦਿੱਤੀ ਕੁਰਬਾਨੀ ਦਾ ਪਾਠ ਕਰੀਏ ਅਰਥ ਸਮਝੀਏ ਅਰਥਾਂ ਸਮੇਤ ਪਾਠ ਕਰੀਏ ਇਹ ਲਗਨ ਇਹ ਪਿਆਰ ਇਹ ਸ਼ਰਧਾ ਇਹ ਵਿਸ਼ਵਾਸ ਪੂਰੀ ਸੇਵਨ ਨੇ ਦਿੱਤਾ ਉਪਦੇਸਾਨੂੰ ਜਹੀਏ ਭਾਵਨਾ ਸਾਰੇ ਖਜ਼ਾਨੇ ਵਾਹਿਗੁਰੂ ਜੀ ਨੇ ਦਿੱਤੇ ਨੇ ਜੀ ਮੁਕਦੇ ਨਹੀਂ ਸਗ ਗੁਰਬਾਨੀ ਦੀ ਇੱਕ ਹੋਰ ਪੰਕਤੀ ਤਾਂ ਇਹ ਕਹਿੰਦੀ ਹੈ ਤੋਟ ਨਾਵੈ ਵੱਧੋ ਜਾਈ ਇਹਨੂੰ ਵੰਡ ਹੋਰ ਵਧੇਗਾ ਇਸ ਲਈ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਿੱਖ ਤੇ ਪਰਵਕਾਰੀ ਹੈ ਵੰਡਦਾ ਹੈ ਪੰਡ ਪਿਆਰਿਆ ਜਿਤਨਾ ਆਪਣੀ ਕੌਮ ਦੇ ਬੱਚਿਆਂ ਨੂੰ ਵੰਡੇਗਾ ਆਪਣੀ ਕੌਮ ਦੇ ਟੀਨੇਜਰਸ ਨੂੰ ਬੰਨੇਗਾ ਕਿਸ਼ੋਰ ਅਵਸਥਾ ਵਾਲਿਆਂ ਨੂੰ ਛੋਟੀ ਉਮਰ ਵਾਲਿਆਂ ਨੂੰ ਆਪਣੀ ਕੌਮ ਦੇ ਨੌਜਵਾਨਾਂ ਨੂੰ ਇੱਕ ਸਾਨਾ ਬੰਨੇਗਾ ਕੌਮ ਦੀ ਚੜ੍ਹਦੀ ਕਲਾ ਹੋਏਗੀ ਕੌਮ ਮਜ਼ਬੂਤ ਹੋਏਗੀ ਹਰ ਇੱਕ ਦੇ ਮੰਤਕ ਹਰ ਇੱਕ ਦੀ ਸੋਚ ਤੱਕ ਹਰ ਇੱਕ ਦੇ ਸੁਭਾਅ ਤੱਕ ਪਿਆਰ ਦੇ ਸੰਦੇਸ਼ ਪਹੁੰਚਣ ਧੜੇਬੰਦੀਆਂ ਤੋਂ ਉੱਪਰ ਉੱਠਣ ਦੀ ਚੇਤਨਾ ਹਲੂਣਾ ਹਰ ਇੱਕ ਨੂੰ ਮਿਲੇ ਐਸੀ ਡਿਸਕਸ਼ਨ ਹੋਵੇ ਇਕਤਾ ਇਤਫਾਕ ਵਿੱਚ ਜੁਆਇਆ ਜਾਵੇ ਵਰਪਕਾਰ ਕੀਤਾ ਜਾਵੇ ਇਹ ਖਜ਼ਾਨਾ ਜਿੰਨਾ ਵੰਡਾਂਗੇ ਨਾ ਉਤਨਾ ਆਪਣੇ ਅੰਦਰ ਵਧੇਗਾ ਸ਼ੁਕਰ ਵਾਹਿਗੁਰੂ ਜੀ ਦਾ ਵਿਅੰਤ ਬਿਆੰਤ ਸ਼ੁਕਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਜੋ ਇਸ ਖਜ਼ਾਨੇ ਦੇ ਦੀਦਾਰ ਕਰਵਾ ਰਹੇ ਨੇ ਐਸਾ ਸਨ ਤਰੀਕਾ ਦੱਸ ਦਿੱਤਾ ਗੁਰੂ ਸਾਹਿਬ ਦੀ ਗੁਰਬਾਣੀ ਦੇ ਅੰਦਰ ਚਾਤੀ ਮਾਰ ਅਰਥਾਂ ਨੂੰ ਸਮਝ ਗੁਰਬਾਣੀ ਗ੍ਰਾਮਰ ਨੂੰ ਸਮਝ ਗੁਰੂ ਸਾਹਿਬ ਜੀ ਦੇ ਵਰਤੇ ਹੋਏ ਸ਼ਬਦਾਂ ਦੀ ਟੈਕਨੀਕ ਨੂੰ ਸਮਝੋ ਗੁਰੂ ਸਾਹਿਬ ਜੀ ਦੇ ਗੱਲ ਨੂੰ ਉਪਦੇਸ਼ ਨੂੰ ਸਮਝਾਉਣ ਦੇ ਤਰੀਕੇ ਨੂੰ ਸਮਝ ਪਤਨ ਮੰਦਰ ਗੁਰ ਸਰੂਪ ਸਮਝ ਲੱਗੇਗੀ ਟੈਕਨੀਕ ਇਸ ਉਸ ਵਿੱਚੋਂ ਗੁਰੂ ਦੀ ਆਵਾਜ਼ ਪਤਾ ਲੱਗੇਗੀ ਸਤ ਗੁਰ ਸਰੂਪ ਜੇ ਤਾਂ ਗੁਰੂ ਕੋਲ ਜਾਏਗਾ ਤੇ ਗੁਰੂ ਤੋਂ ਵਾਪਸ ਆਏਗਾ ਨਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਗੁਰ ਸਰੂਪ ਗੁਰ ਉਪਦੇਸ਼ ਮੱਤ ਵਿੱਚ ਰੱਖ ਕੇ ਆਏਗਾ ਜਿੱਥੇ ਵੀ ਜਾਏਗਾ ਮੱਤ ਵਿੱਚ ਸਰ ਗੁਰੂ ਦੀ ਆਵਾਜ਼ ਨੇ ਰਹਿਨਮਾਈ ਕਰਨੀ ਐ ਸੋ ਸਤਗੁਰ ਪਿਆਰਾ ਮੇਰਾ ਨਾਲ ਹੈ ਜਿੱਥੇ-ਕਿੱਥੇ ਮੈਨੂੰ ਲੈ ਚ ਸਤਗੁਰੂ ਕਿਰਪਾ ਕਰਨ ਸਾਰੇ ਕਿਨੂੰ ਪ੍ਰਾਪਤ ਹੋ ਲੰਚੁ ਕਾਂ ਦੀ ਖਿੰਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੰਨ ਤੀਐ ਸੁਨ ਸਬਦ ਵਿਚਾਰਾ ਮੰਨ ਤੀਐ ਸੁਨ ਸਬਦ ਵਿਚਾਰਾ ਜਿਵੇਂ ਧਮ ਵਰਸੈ